ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾ ਜੀ, ਕੀ ਹਾਲ ਚਾਲ ਨੇ ਸਭ ਦੇ? ਹੁਣ ਸਿਆਲ ਸ਼ੁਰੂ ਹੋ ਗਏ ਆ ਅਤੇ ਹੁਣ ਘਰੋਂ ਬਾਹਰ ਨਿਕਲਣਾ ਘੱਟ ਗਿਆ ਆ ਕਿਉਂਕਿ ਠੰਡ ਵਿੱਚ ਅਸੀਂ ਬਾਹਰ ਨਹੀਂ ਨਿਕਲਦੇ। ਅਤੇ ਮੈਂ ਅੱਜ ਦਾ ਸਪੈਸ਼ਲ ਆਪਣਾ ਵਲੌਗ ਹਿੰਦੀ ਵਿੱਚ ਬਣਾਉਣਾ ਆ। ਅਤੇ ਕਈ ਮੇਰੇ ਹੈ ਨਾ ਸਬਸਕ੍ਰਾਈਬਰਸ ਦੀ ਫਰਮਾਇਸ਼ ਆ ਵੀ ਤੁਸੀਂ ਹਿੰਦੀ 'ਚ ਇੱਕ ਵਲੌਗ ਬਣਾਓ, ਤਾਂ ਸੋਚਿਆ ਚਲੋ ਅੱਜ ਮੈਂ ਇਸ ਵਲੌਗ ਦੀ ਸਟਾਰਟਿੰਗ ਕਰਦੀ ਹਾਂ। ਥੋੜ੍ਹਾ ਫਨੀ ਹੋਣਾ ਕਿਉਂਕਿ ਮੈਂ ਕਦੀ ਹਿੰਦੀ 'ਚ ਪਹਿਲਾਂ ਗੱਲ ਨਹੀਂ ਕੀਤੀ ਹੈਗੀ। ਤੇ ਚਲੋ ਸ਼ੁਰੂਆਤ ਕਰਦੇ ਆ। ਪਤਾ ਨਹੀਂ ਲੱਗ ਰਿਹਾ ਕਹਾਂ ਸੇ ਸ਼ੁਰੂ ਕਰੋ, ਬਹੁਤ ਫਨੀ ਲੱਗ ਰਿਹਾ ਹੈ ਮੁਝੇ ਹਿੰਦੀ ਬੋਲਣੇ ਕੇ ਟਾਈਮ। ਤੋ ਅਭੀ ਮੈਂ ਜਾ ਰਹੀ ਹੂੰ ਸਟੋਰ ਪਰ, ਤੋ ਅਭੀ ਮੈਂ ਜਾਊਂਗੀ ਸਟੋਰ ਪਰ, ਵਹਾਂ ਸੇ ਕੁਛ ਗ੍ਰੋਸਰੀ ਲੈਣੀ ਹੈ ਵੋ ਲੂੰਗੀ। ਤੋ ਫਿਰ ਘਰ ਆਕਰ ਬੱਚੇ ਜੋ ਹੈ ਨਾ ਉਨਕੋ ਭੂਖ ਲੱਗੀ ਹੈ। ਮੈਨੇ ਨਾ ਲਾਸਟ ਟਾਈਮ ਵੋ ਸਟੋਰ ਸੇ ਇੱਕ ਹਾਕਾ ਨੂਡਲਸ ਲਏ ਥੇ। ਲਾਸਟ ਟਾਈਮ ਮੈਨੇ ਗ੍ਰੋਸਰੀ ਸਟੋਰ ਪਰ ਜਹਾਂ ਵੀ ਗਈ ਥੀ ਨਾ, ਮੈਨੇ ਲਾਸਟ ਟਾਈਮ ਵੀਡੀਓ ਪਾਈ ਡਾਲੀ ਥੀ। ਤੋ ਵਹਾਂ ਸੇ ਮੈਂ ਇੱਕ ਪੈਕਟ ਲਾਈ ਥੀ ਹਾਕਾ ਨੂਡਲ ਕਾ, ਤੋ ਵੋ ਮੈਨੇ ਬਣਾਇਆ, ਇਤਨਾ ਟੇਸਟੀ ਬਣਾ। ਤੋ ਮੈਨੇ ਸੋਚਾ ਚਲੋ ਅੱਜ ਛੁੱਟੀ ਹੈ, ਬੱਚੇ ਵੀ ਸਕੂਲ ਘਰ ਪਰ ਹੈ, ਤੋ ਮੈਂ ਉਨਕੋ ਸਪੈਸ਼ਲ ਟ੍ਰੀਟ ਦੇਣੇ ਵਾਲੀ ਹੂੰ। ਕਭੀ ਕਭਾਰ ਐਸਾ ਹੋਤਾ ਨਾ ਜਬ ਆਪ ਹਿੰਦੀ ਬੋਲਣਾ ਸਟਾਰਟ ਕਰਤੇ ਹੋ ਨਾ, ਤੋ ਕੁਛ ਪੰਜਾਬੀ ਵਰਡਸ ਵੀ ਮੂੰਹ ਸੇ ਨਿਕਲ ਜਾਤੇ ਹੈ। ਤੋ ਮੇਰੀ ਕੋਸ਼ਿਸ਼ ਹੋਗੀ ਵੀ ਮੈਂ ਅੱਛੀ ਸ਼ੁੱਧ ਹਿੰਦੀ ਬੋਲੂੰ ਅੱਜ। ਰੋਡ ਬਿਲਕੁਲ ਖਾਲੀ ਹੈ ਅੱਜ, ਪਤਾ ਨਹੀਂ ਕਿਉਂ ਐਸੇ, ਫਸਟ ਟਾਈਮ ਐਸਾ ਹੈ ਵੀ ਮੈਂ ਅਕੇਲੀ ਹੂੰ ਰੋਡ ਪਰ। ਬਹੁਤ ਠੰਡ ਹੈ ਅੱਜ, ਰੋਜ਼ ਹੋਤੀ ਹੈ, ਸਰਦੀਆਂ ਸ਼ੁਰੂ ਹੋ ਗਈ ਨਾ, ਇਸ ਲਈ। ਦੇਖੋ ਮਿਲ ਗਿਆ ਵਿੱਚ ਹਾਕਾ ਨੂਡਲ, ਕੀ ਬਣਾਉਂਗੀ ਮੈਂ ਅੱਜ। ਯਾਰ ਸੌਸ ਸੌਸ ਵੀ ਦੇਖਤੀ ਹੂੰ ਅਗਰ ਕੋਈ ਮਿਲ ਜਾਏ ਨਾ ਯਹਾਂ ਸੇ। ਇਹ ਰੈੱਡ ਚਿੱਲੀ ਸੌਸ ਹੈ, ਚਿੱਲੀ ਗਾਰਲਿਕ ਸੌਸ, ਮੈਂਗੋ ਚਿੱਲੀ। ਅਬ ਨਾ ਮੈਨੇ ਇੰਡੀਅਨ ਸਟੋਰ ਸੇ ਲੈ ਲੀਏ ਹੈ ਹਾਕਾ ਨੂਡਲਸ। ਅਬ ਮੈਂ ਜਾਊਂਗੀ ਵਾਲਮਾਰਟ ਕਿਉਂਕਿ ਯਹਾਂ ਸੇ ਮੁਝੇ ਕੋਈ ਚਾਈਨੀਜ਼ ਸੌਸ ਨਹੀਂ ਮਿਲੀ। ਤੋ ਵਾਲਮਾਰਟ ਸੇ ਦੇਖਤੀ ਹੂੰ, ਟਰਾਈ ਕਰਤੀ ਹੂੰ। ਕ੍ਰਿਸਮਸ ਕਰਕੇ ਟ੍ਰੀ ਇੱਥੇ ਲਾਤਾ ਹੈ, ਕਿੰਨਾ ਸੋਹਣਾ ਹੈ। ਇੱਧਰ ਸਾਰੀਆਂ ਸਬਜ਼ੀਆਂ ਦਾ ਹੈ, ਬੇਕਰੀ ਦਾ, ਮੈਂ ਇੱਧਰ ਜਾਂਦੀ ਹਾਂ, ਉੱਧਰ ਕੱਪੜੇ ਕੱਪੜੇ ਆ। ਲਓ ਜੀ ਮੈਂ ਆ ਗਈ ਆਪਣੇ ਏਰੀਆ ਪਰ, ਅਬ ਮੈਂ ਯਹਾਂ ਸੇ ਢੂੰਡ ਲੂੰਗੀ ਆਪਣੇ ਮਨ ਪਸੰਦੀਦਾ ਸੌਸ। ਇਹ ਹੈ ਸੋਇਆ ਸੌਸ ਜੋ ਮੈਂ ਨੂਡਲਸ ਮੈਂ ਡਾਲੂੰਗੀ, ਇਹ ਲੈਤੀ ਹੂੰ। ਇਹ ਵੀ ਲਊਂਗੀ, ਇਹ ਬਹੁਤ ਫੇਮਸ ਸੌਸ ਹੈ, ਇਸਕੋ ਹਮ ਕੁੱਕੜ ਸੌਸ ਵੀ ਕਹਤੇ ਹੈ ਕਿਉਂਕਿ ਇਸ ਪਰ ਕੁੱਕੜ ਬਣਾ ਹੈ ਨਾ। ਤੋ ਇਹ ਲੂੰਗੀ ਅਭੀ ਨਾ, ਮੁਝੇ ਵਾਈਟ ਵਿਨੇਗਰ ਨਹੀਂ ਮਿਲਾ ਔਰ ਇੱਕ ਔਰ ਚੀਜ਼ ਸਵੀਟ ਐਂਡ ਸਾਵਰ ਸੌਸ ਨਹੀਂ ਮਿਲੀ, ਉਹ ਢੂੰਡ ਰਹੀ ਹੂੰ। ਹਾਂ ਇਹ ਲੱਗ ਰਹੀ ਹੈ ਸਵੀਟ ਚਿੱਲੀ ਸੌਸ, ਚਲੋ ਇਹ ਵੀ ਮਿਲ ਗਿਆ ਮੁਝੇ। ਵਿਨੇਗਰ, ਵਾਈਟ ਵਿਨੇਗਰ ਲੈਣਾ ਹੈ ਮੈਨੂੰ, ਇਹ ਲੈ ਲੈਤੀ ਹੂੰ, ਇਹ ਅੱਛਾ ਹੈ। ਅਬ ਕ੍ਰਿਸਮਸ ਆਨੇ ਵਾਲੀ ਹੈ ਤੋ ਇਹ ਦੇਖੋ, ਕ੍ਰਿਸਮਸ ਵਾਲੇ ਦਿਨ ਨਾ ਸਭੀ ਫੈਮਿਲੀ ਐਸੇ ਪਹਿਨਤੀ ਹੈ, ਇਹ ਕਾਮ ਪਰ ਪਹਿਨਤੇ ਹੈ ਕਿ ਘਰ ਪਰ ਪਹਿਨਤੇ ਹੈ। ਲੋ ਮੈਂ ਆਪਣੀ ਸਭੀ ਸੌਸਿਸ ਰੱਖਤੀ ਹੈ, ਮੈਂ ਨੂਡਲਸ ਮੈਂ ਕੁਛ ਔਰ ਸਬਜ਼ੀਆਂ ਨਹੀਂ ਡਾਲੂੰਗੀ, ਬਸ ਇਹ ਡਾਲੂੰਗੀ। ਇਹ ਹੈ ਸੈਲਰੀ ਐਂਡ ਇਹ ਹੈ ਪੱਤਾ ਗੋਭੀ, ਤੋ ਇਨ ਦੋਨੋਂ ਸੇ ਮੈਂ ਬਣਾਉਂਗੀ ਨੂਡਲਸ। ਡਾਲੂੰਗੀ ਆਪਣੀ ਕੈਬੇਜ, ਲਓ ਜੀ ਮੇਰੇ ਨੂਡਲਸ ਬਣ ਕਰ ਤਿਆਰ ਹੈ, ਵੈੱਜ ਹਾਕਾ ਨੂਡਲ। ਓਕੇ
अभी दीप्ति खाएगी तो बताएगी कैसे बने नूडल। आई एम Do you like it? Mama. Huh? Noodle jammy? Ooh. ऐसे बताता है अभी ये अच्छे बने हैं। बहुत लाइक करता है ये नूडल। ये मेरे नूडल है, मैंने ऐसे हॉट सॉस डाल ली है। हॉट सॉस? हाँ, बहुत ही स्वाद बने, बहुत ही स्वाद। लो जी, हुण मैं वापस आ गई हाँ अपनी पुरानी टोन ते पंजाबी च, क्योंकि मेरे हाथ खड़े आ। मैं ज़्यादातर हिंदी बोल नहीं सकती, क्योंकि ज़्यादातर असीं पंजाबी भाषा विच है ना पले बड़े हुए हैं, तो इस करके थोड़े टाइम लिए तो ठीक है, चलो कोई नहीं, क्योंकि मेरे इत्थे फ्रेंड्स भी हैगे आ कई जिहड़े हिंदी बोलते हैं ना, तो ज़्यादा टाइम तक नहीं मैं बोल सकती। कई बार तो इदा हुंदा ना, उन्हां नाल गल करते करते मैं बिच्चे पंजाबी शुरू कर देनी हुंदी आ, ते ओह कहिंदे ने राणू की, क्योंकि कई चीज़ां उन्हां नूं ना पता नहीं लगदियां हैगियां वी मतलब पंजाबी ते हिंदी च ना, ते इसे लई सॉरी गाइस। मैनूं पता मैं अपना ब्लॉग तां हिंदी च स्टार्ट कीता, पर नो हिंदी मेरे लिए नहीं बनी। चलो कोई नहीं, पर एटलीस्ट चलो मैं ट्राई की ना। तो हुण जोर्डन सौं गया आ, उन्हें ना नूडल जिहड़े मैं बनाए सी बहुत उन्हें है ना स्वादां नाल खाधे। एशली दित्ती हुणे भी बहुत इंजॉय किया, बट अनफॉर्चुनेटली अंकिता नूं ना नूडल पसंद नहीं है। वह खाती है नूडल, बट अज वो थोड़ी सिक हो गई। राती ठीक सी, पर जदों सवेरे उठी उन्हूं खंघ रेशा जुकाम बहुत ज़्यादा हो गया, इस करके वह सवेर दी बस उन्हूं मैं चाह दित्ती सीगी विच जिद्दां ना अदरक सौंफ चबैन पा के रिन के वह काढ़ा जिहा बना के दिता सीगा, ते शाम नूं मैं फेर दूंगी उन्हूं। तो हुण वह कोठे ते रैसट करती है, मैं उन्हें कहा जिन्ना ज़्यादा हो सकता रैसट करे। उन्हें दवाई दिती सी ते अगे नाल थोड़े मच बैटर आ, ते चलो मैं सोचा चलो हुण मैं वेली सी, ते मैं सोचा चलो तुहानूं मैं अपना गार्डन दिखा देवां भी सियाले दीआं सब्जियां असी जिहड़ियां जिहड़ियां लाईआं आ। ते मैं स्टार्टिंग अपने एलोवेरा तो करदी हां, क्योंकि एलोवेरा साडा किन्ना वड्डा होई जांदा आ। मैं कई वेले ना जूस भी बना के असी पीता कि सम टाइम, क्योंकि हुण हो गई ठंड, ठंड करके है ना जूस पी नहीं हुंदा हैगा। आदे मेरे एलोवेरास, आ विच विचारे टमाटे भी तुरे फिरदे आ, आदे दो बूटे होए आ, आदे हुणे तीन होए आ, ते आ सारे आ जिहड़ियां लकड़ां आ इह तां चलो असीं अग वास्ते रखियां आ साडे फायर पिट दे लई। ते देखो ना हैरानी दी गल आ वी जिद्दां आदे इहदे विचों बच्चे हले वी निकल ही जांदे आ, आदे ਵੀ ਇੰਨਾ ਐਲੋਵੇਰਾ ਅਸੀਂ ਕੀ ਕਰਨਾ ਆ। ਆਦੇ ਇੱਧਰ ਵੀ ਨਿਕਲੀ ਜਾਂਦੇ ਆ, ਇੱਧਰ ਵੀ ਆ, ਅਤੇ ਉਹ ਵੀ ਆ, ਇਹਦੇ ਵਿੱਚ ਵੀ ਸੇਮ ਆ। ਅਤੇ ਇੱਥੇ ਨਾ ਕਿੰਨੇ ਜਿੱਦਾਂ ਜਿੰਨੇ ਵੀ ਗਮਲੇ ਸਾਰਿਆਂ ਦੇ ਵਿੱਚ ਹੋਰ ਬੱਚੇ ਹੈ ਨਾ ਜਿਹੜਾ ਵਿੱਚ ਨਿਕਲੀ ਜਾਂਦੇ ਆ ਐਲੋਵੇਰਾ ਦੇ, ਪਰ ਅਸੀਂ ਹਲੇ ਕੱਢੇ ਨਹੀਂ ਗਏ, ਟ੍ਰਾਂਸਫਰ ਨਹੀਂ ਕੀਤੇ ਦੂਜੇ ਪੋਟ 'ਚ। ਅਤੇ ਮੇਰੀ ਫਰੈਂਡ ਆਈ ਸੀ, ਉਹ ਕਹਿੰਦੀ ਰਾਣੂ ਤੁਹਾਡੇ ਇੰਨਾ ਜ਼ਿਆਦਾ ਐਲੋਵੇਰਾ ਲੱਗਾ ਆ। ਮੈਂ ਕਿਹਾ ਤੂੰ ਲਿਜਾਉਣਾ ਤਾਂ ਲੈ ਜਾ, ਉਹਨੂੰ ਮੈਂ ਤਿੰਨ ਹੈ ਨਾ ਕੱਢ ਕੇ ਦਿੱਤੇ ਜੜ੍ਹਾਂ ਵਿੱਚੋਂ ਛੋਟੇ ਐਲੋਵੇਰਾ, ਤਾਂ ਉਹਨੇ ਹੁਣ ਗਾਰਡਨ 'ਚ ਲਗਾਏ ਆ। ਅਤੇ ਕੜੀ ਪੱਤਾ ਵੀ ਆਹਦੇ, ਕੜੀ ਪੱਤਾ ਸਾਡਾ ਸਾਰਾ ਯੈਲੋ ਹੋ ਗਿਆ, ਕਿਉਂਕਿ ਹੁਣ ਉਹ ਹੀ ਫਿਰ ਪੱਤਝੜ ਸ਼ੁਰੂ ਹੋਈ ਹੈ, ਇਹਦੇ 'ਤੇ ਤਾਂ ਇਹਦੇ 'ਤੇ ਵੀ ਅਸਰ ਹੋਣਾ ਹੀ ਆ ਨਾ। ਅਤੇ ਇਸੇ ਕਰਕੇ ਉਹਨੂੰ ਮੈਂ ਇਹ ਨਾ ਇਹਦੀਆਂ ਪੱਤੀਆਂ ਦਿੱਤੀਆਂ। ਅਤੇ ਇੱਕ ਨਾ ਮੰਮੀ ਅਤੇ ਡੈਡੀ ਗਏ ਸੀਗੇ ਇੱਥੇ ਨਾ ਜਿਹੜੀ ਸਬਜ਼ੀ ਮੰਡੀ ਮੈਂ ਪਿਛਲੀ ਵਾਰ ਗਈ ਸੀ ਨਾ ਜਿੱਥੇ, ਅਤੇ ਉਸ ਮੰਡੀ 'ਚੋਂ ਹੈ ਨਾ ਇੱਕ ਹੋਰ ਇੱਕ ਦਰਖਤ ਲੈ ਕੇ ਆਇਆ ਛੋਟਾ ਜਿਹਾ ਜਿਹਨੂੰ ਕਹਿੰਦੇ ਮੁਰੰਗਾ, ਤਾਂ ਮੁਰੰਗੇ ਦੀ ਸਬਜ਼ੀ ਵੀ ਕਹਿੰਦੇ ਬਹੁਤ ਵਧੀਆ ਬਣਦੀ, ਬਟ ਹਲੇ ਤੱਕ ਮੈਂ ਕਦੀ ਨਹੀਂ ਖਾਧੀ ਹੈਗੀ, ਮੰਮੀ ਹੁਣੀ ਖਾਧੀ ਆ। ਅਤੇ ਉਹ ਕਹਿੰਦੇ ਸੀਗੇ ਵੀ ਲੈ ਕੇ ਆਉਣਾ, ਉਹਨਾਂ ਦੀ ਰੀਚ ਸੀ ਵੀ ਮੁਰੰਗੇ ਦਾ ਬੂਟਾ ਲਿਆਂਦਾ ਜਾਵੇ। ਲਓ ਜੀ ਮੈਂ ਤੁਹਾਨੂੰ ਉਹ ਦਿਖਾਉਂਦੀ ਹਾਂ, ਆਇਆ ਮੁਰੰਗੇ ਦਾ ਬੂਟਾ। ਅਤੇ ਉਹ ਜਿਹੜੀ ਮੈਂ ਫਰੈਂਡ ਮੈਂ ਆਪਣੀ ਕਹਿੰਦੀ ਹੈ ਨਾ, ਉਹ ਫੀਜੀਅਨ ਆ, ਅਤੇ ਉਹ ਕਹਿੰਦੀ ਰਾਣੋ ਇਹਨੂੰ ਮੁਰੰਗਾ ਕਹਿੰਦੇ, ਕਹਿੰਦੀ ਇਹ ਤਾਂ ਬਹੁਤ ਵੱਡਾ ਦਰਖਤ ਹੁੰਦਾ, ਇਹਦੇ ਅਸੀਂ ਪੱਤਿਆਂ ਦੀ ਨਾ ਸਬਜ਼ੀ ਬਣਾ ਕੇ ਖਾਂਦੇ ਹਾਂ, ਬਟ ਮੈਂ ਨਹੀਂ ਕਦੀ ਖਾਧੀ ਹੈਗੀ। ਮੈਨੂੰ ਦੱਸਿਓ ਪਲੀਜ਼ ਕਮੈਂਟ ਕਰਕੇ ਵੀ ਜਿੰਨੀ ਜਿੰਨੀ ਵੀ ਇਹਦੀ ਮੁਰੰਗੇ ਦੀ ਸਬਜ਼ੀ ਖਾਧੀ ਹੈ ਕਿੱਦਾਂ ਦੀ ਹੁੰਦੀ ਆ, ਮੈਨੂੰ ਪਲੀਜ਼ ਦੱਸਿਓ, ਕਸੈਲੀ ਹੁੰਦੀ ਆ ਜਾਂ ਕਿੱਦਾਂ ਦਾ ਟੇਸਟ ਹੁੰਦਾ, ਪਲੀਜ਼ ਮੈਨੂੰ ਦੱਸਿਓ। ਚੱਲਦੇ ਹਾਂ ਸਬਜ਼ੀਆਂ ਵੱਲ, ਠੰਡ ਨਾ ਮੇਰੇ ਹੱਥ ਠਰ ਗਏ ਆ।
किधरों शुरू करा, इधरों कर दी है। आदि साढ़े हले टमाटर लग ही जाते हैं भी, अस कि जिन्ना चिर है ना जो बूटा साडा आ वह खत्म नहीं हुंदा, गिव अप नहीं करता, अपने आप उन्हें चर नहीं पट्टना हैगा, क्योंकि फल दिंदा आ दिंदा रहे। तो आ जड़िया मैं बट्टा बनाईया आ, इत्थे मैं लाए आ मूलियां दे बी, तो देखो कदों निकलते आ। इत्थे लाए आ मेथे, आ मिर्चा तो साड़ियां पुरानियां ही आ, पर इन्हां नूं फुल लगने घट गए आ। तो देखो पर इन्हां नूं कई मिर्चा लगियां भी है, तो ये असीं लाउणियां आ, ठहर के लाऊंगे, क्योंकि हले साढ़े कोल काफ़ी मिर्चा पईयां होईयां फ्रिज च, वे जे भी तोड़ के रख लईयां ने तां फिर बेहियां हो जाणियां आ। जिहड़ी जगह खाली आ वाली सारी उत्थे तक ये सारा मैं लसन लगाया आ। तो आ जिहड़ा मेरा पिछले साल वाला लसन आ अपने आप निकलिया आ, जिहड़ा माड़ा मोटा कितें रह गया सी ना बिच भी। तो आदि छोटा जिहा लसन निकलिया आ, तो थोड़े कु दिनों तीन निकले आने ये। इधर भी मिर्चा आ, इधर पालक, इतों असी पालक चार पाँच बार तोड़ के साग विच वरत ली आ, तो बहुत स्वाद लगता है। साग बनाया सी कल भी, साग बनाया सीगा। तो इधर मूलियां दे दो बीज सीगे विच, तो आदे विच मोटी मूली एक ते दो, इधर आ भी मूली आ, तो वधूगियां हौली हौली। मेथी आ भी, मेथी आ साडा टमाटर दा बूटा ना असी तोड़िया ही नहीं, असी क्या चलो कोई नहीं रहन दो ना, इनू भी टमाटर लग ही जाते हले तक, तो सारा लमक के थले डिग गया आ। हुण समझ नहीं आती है क्योंकि तोड़न तो जी नहीं करता है, जोड़न दी मौजा लग गई है। जोड़न सोचता भी इत्थे तक हुण मेरा हथ जा सकता है ना, तो टमाटर तोड़ के खाता रहिंदा है। खाता भी की मैं दिखाऊंगी टमाटर का वह की करता है। तो आदि हले बिच टमाटर बहुत आ, ऐसे गुच्छे गुच्छे लगते ना, फिर मुल नाल मुल लिया नाल बैठ रहा भी घर का बूटा जो दिता है। हले टमाटर तो रख लेना चाहिए आ। तो आ जड़ा साग, ये मोटिया गंदला वाला साग आ, फोटो च तो इदा ही दसिया सीगा, बाकी जिन्ना चिर बड़ा नहीं हुंदा हैगा उन्ना चिर पता नहीं हैगा। तो इधर मैं मटर लाए मैं सियाल मटर आते हैं, एक दो तीन चार पाँच छः सात अठ नौ दस, दस मटर लाए सीगे। तो इन्हों दे भी मटर निकल आया, फिर देखो मटर लगूगे जो ना उदों नूं देखूंगे आपां किन्ने फुल लगे आ। ये है साग ना खाण वालियां मिर्चा, तो मैं खादियां भी इन्नी स्वाद मिर्च लगी ना साग ना खाण नूं, ये देखण नूं लग पता नहीं, देखण नूं तां कौड़ी लगती नहीं गी, खाण नूं भी नहीं कि कौड़ी, इह तां थोड़ी थोड़ी स्पाइसी है पर खाण नूं स्वाद लगती है। आदे जिदा कई है आ जड़िया थोड़िया कौड़िया ये नहीं खा होंगे है, पर आ वाली मिर्चा ही ज्यादा वधिया आ। जिदा आह पतलियां पतलियां मिर्चा तो खाने होर भी स्वाद लगती है साग के नाल। ते जोड़न ना वो बहुत पुठे काम होंगे आ, टमाटर उतो तोड़ तोड़ के सारे टमाटर तोड़ तोड़ के ना कितने रखता है जोड़न दस दी आ। दे पीलीए तो बॉल है टमाटर नहीं गा, देखने टमाटर लगता। तो आ सारे टमाटर रखे आ, बिच आ गड्डी रखी आ, ऑरेंज दियां स्लाइसां भी रखिया आ। बहुत मुंडा काम करता ये। सी मेरा गार्डन का टूर, तो कल इतने मीह भी बहुत ज़्यादा पिया, सारा दिन कल मीह पिया। तो एक इतने ना हुण टाइम चेंज हो गए आ, टाइम चेंज होने के नाल ना नेरा बहुत छेती हो जाता, पाँच बजे पूरे पाँच बजे इदा हों जिदा रात के अठ नौ बज गए ना, तो उदों तो इदा हों मन करता सौ जाइए असी है ना। तो करके हुण फिर मैनू वीडियो के लिए स्पैशल टाइम भी कढ़ना पैंदा आ, क्योंकि बाहर हुण घट जा हुंदा, न्याणे दे नाल वॉक भी जे करन जाओ तो ठंड बहुत हुंदी आ। तो इस करके वीडियो मेरी कोशिश होगी भी मैं वीडियो दो वीडियो तो एटलीस्ट है ना जिदा एक वीक अपलोड करा ना। बैकयार्ड तो बाद मैं आ गई हाँ अपने फ्रंट यार्ड से, तो फ्रंट यार्ड से की आ मैं सारिया गद्दियां चक के ना गैरेज विच रख दित्तियां आ, क्योंकि हुण पैंदे आ मीह, मीह पैण दा करके ना गद्दियां खराब हो जांदियां आ, वाटरप्रूफ हुंदियां आ पर फिर भी खराब हो जांदियां आ। मैं चाहती हैगी भी जिदा सारी चीज़ इन्नी खराब होवे ना, इस करके मैं मीह पैण तो पहले अंदर चक के रख दित्तियां सी गद्दियां।
तो हूँ इतों सिर्फ खाली आ, मैं सिर्फ लाइन च लगा दते अपने जड़े ओ बेंचेस या बेंचेस कहूँगे ज सोफा। तो मेरे फ्रंट यार्ड च ना फुल बहुत सोहने हुए आ, तो वह भी गुलाब के फुल इन्ने प्रिटी प्रिटी आ आदे बहुत ही ज़्यादा सोहने आ। मैं जो लैके आई सी ना इस जो गुलाबों के बूटे आ उदो बेचारे मरे जे सी आदि है ना रेड फुल इन्ना सोहना इन्ना ज़्यादा सोहना हाले तो इन्हों ज़्यादा फुल लगने शुरू होने आ। नाले दी मैक भी इन्नी वधिया है ना गुलाब के फुल की बहुत वधिया अंदर वड़दे सानू ना जो कम घर के अंदर जाते तो स्मैल आती है। तो आह फ्लावर ये भी बहुत सोहना आ ये किन्ने सोहने सोहने मतलब आह किन्नियां लेयर ये किन्ना प्यारा आ। मौसम देखो बाहर किन्ना सोहना आ, जो धुप सी उदों तो ज़्यादा वधिया लगता सी। और जी बस ये मेरी अज की वीडियो होपफुली तुहानूं पसंद आऊगी। तो जे मेरे को हिंदी विच कोई शब्द नहीं वधिया यूज़ होए जां सही तरीके नाल ना बोल होई हिंदी प्लीज़ मैनूं उहदे लई माफ़ करिओ। तो इहदे नाल मैं अपना अज का ब्लॉग खत्म करती हाँ। मिलते तुहानूं अगली वीडियो च, अज दे लई इन्ना ही, बाय बाय।